ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਅੱਜ ਪਬਲਿਕ ਨੋਟਿਸ ਜਾਰੀ ਹੋਇਆ ਹੈ 3 ਜੂਨ ਨੂੰ। ਪੜ੍ਹਦੇ ਹਾਂ ਪਬਲਿਕ ਨੋਟਿਸ ਵਿੱਚ ਕੀ ਲਿਖਿਆ ਹੈ। ਇਹਦੇ ਵਿੱਚ ਲਿਖਿਆ ਹੈ ਕਿ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕੈਡਰ ਬਾਰਡਰ ਏਰੀਆ ਵਿੱਚ ਸਾਇੰਸ ਵਿਸ਼ੇ ਦੀਆਂ 518, ਅੰਗਰੇਜ਼ੀ 380, ਮੈਥ ਵਿਸ਼ੇ ਦੀ 595 ਬੈਕਲੋਗ ਅਤੇ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਪੋਸਟਾਂ ਨੂੰ ਭਰਨ ਲਈ ਮਿਤੀ 6/4/2021 ਅਤੇ 31/3/2021 ਨੂੰ 135 ਅਤੇ 17/5/2021 ਨੂੰ 90 ਦਿਵਿਆਂਗ ਕੈਟਾਗਰੀ ਦੀਆਂ ਬੈਕਲੋਗ ਦੀ ਪੋਸਟਾਂ ਦਾ ਵਿਗਿਆਪਨ ਦਿੱਤਾ ਗਿਆ ਸੀ। ਗੌਰ ਕਰਨਾ ਹੈ ਤੁਸੀਂ, ਅਸਾਮੀਆਂ ਸੰਬੰਧੀ ਵਿਭਾਗ ਲਿਖਤੀ ਟੈਸਟ 20/6/2021 ਨੂੰ ਅਤੇ 21/6/2021 ਲੈਣ ਸੰਬੰਧੀ ਨੋਟਿਸ ਮਿਤੀ 31/5/2021 ਨੂੰ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਜਾਰੀ ਹੋਣ ਤੋਂ ਬਾਅਦ ਵਿਭਾਗ ਨੂੰ ਉਕਤ ਭਰਤੀਆਂ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੇ ਇਤਰਾਜ਼ ਸਾਹਮਣੇ ਆਏ ਹਨ। ਠੀਕ ਹੈ, ਇਹ ਇਤਰਾਜ਼ ਸਾਹਮਣੇ ਆਏ ਹਨ ਕਿ ਉਹਨਾਂ ਵੱਲੋਂ ਉਕਤ ਵੱਖ ਵੱਖ ਭਰਤੀ ਵਿੱਚ ਇੱਕ ਹੀ ਵਿਸ਼ੇ ਵਿੱਚ ਅਪਲਾਈ ਕੀਤਾ ਹੈ, ਭਾਵ ਉਹਨਾਂ ਵੱਲੋਂ ਅੰਗਰੇਜ਼ੀ 380 ਬੈਕਲੋਗ, ਅੰਗਰੇਜ਼ੀ ਵਿਸ਼ੇ ਦੀਆਂ 899 ਅਸਾਮੀਆਂ ਅਤੇ 135 ਦਿਵਿਆਂਗ ਕੈਟਾਗਰੀ ਦੀਆਂ ਬੈਕਲੋਗ ਦੀ ਅੰਗਰੇਜ਼ੀ ਦੀ ਪੋਸਟਾਂ ਦੇ ਵਿਰੁੱਧ ਅਪਲਾਈ ਕੀਤਾ ਹੈ। ਠੀਕ ਹੈ, ਤਾਂ ਇਹ ਥੋੜ੍ਹਾ ਘਸਮਾਣ ਪਿਆ ਹੈ, ਤੁਸੀਂ ਦੇਖ ਸਕਦੇ ਹੋ। ਸਾਇੰਸ ਮੈਥ ਵਾਲੇ ਉਹ ਜ਼ਿਆਦਾ ਧਿਆਨ ਨਾ ਦੇਣ, ਅੰਗਰੇਜ਼ੀ ਵਾਲੇ। ਠੀਕ ਹੈ, ਅੰਗਰੇਜ਼ੀ 380 ਬੈਕਲੋਗ, ਫਰੈਸ਼ ਵੈਕੈਂਸੀ 899 ਅਤੇ ਦਿਵਿਆਂਗਾਂ ਦੀਆਂ 135 ਜਿਹੜੀਆਂ ਵੈਕੈਂਸੀਆਂ ਸੀ। ਠੀਕ ਹੈ ਜੀ, ਕੈਟਾਗਰੀ ਦੀਆਂ ਬੈਕਲੋਗ ਦੀ ਅੰਗਰੇਜ਼ੀ ਦੀ ਪੋਸਟਾਂ ਦੇ ਵਿਰੁੱਧ ਅਪਲਾਈ ਕੀਤਾ ਹੈ ਕਿਉਂਕਿ ਵਿਭਾਗ ਵੱਲੋਂ ਅੰਗਰੇਜ਼ੀ ਵਿਸ਼ੇ ਦਾ ਇੱਕ ਹੀ ਪੇਪਰ ਜੋ ਕਿ ਮਿਤੀ 20/6/2021 ਨੂੰ ਲਿਆ ਜਾਣਾ ਹੈ, ਤਾਂ ਉਹ ਉਕਤ ਤਿੰਨੋਂ ਭਰਤੀਆਂ ਦੇ ਵਿਰੁੱਧ ਕਿਵੇਂ ਪੇਪਰ ਦੇ ਸਕਦੇ ਹਨ। ਅਤੇ ਹੁਣ ਕੀ ਮਸਲਾ ਹੱਲ ਹੋਇਆ ਦੇਖਦੇ ਹਾਂ। ਉਮੀਦਵਾਰਾਂ ਦੇ ਉਕਤ ਇਤਰਾਜ਼ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਭਾਵੇਂ ਵੱਖ ਵੱਖ ਭਰਤੀਆਂ ਵਿੱਚ ਇੱਕ ਹੀ ਵਿਸ਼ੇ ਦੇ ਵਿਰੁੱਧ ਅਪਲਾਈ ਕੀਤਾ ਹੈ, ਪਰੰਤੂ ਵਿਭਾਗ ਉਹਨਾਂ ਨੂੰ ਇੱਕ ਹੀ ਰੋਲ ਨੰਬਰ ਜਾਰੀ ਕਰੇਗਾ। ਠੀਕ ਹੈ, ਧਿਆਨ ਦੇਣਾ ਹੈ ਤੁਸੀਂ। ਹੋ ਸਕਦਾ ਹੈ ਕਿ 2-4 ਦਿਨਾਂ 'ਚ ਤੁਹਾਡੇ ਰੋਲ ਨੰਬਰ ਆ ਜਾਣ, ਲੇਕਿਨ ਜੇਕਰ ਤੁਸੀਂ ਬੈਕਲੋਗ, ਫਰੈਸ਼ ਵੈਕੈਂਸੀ ਅਤੇ ਦਿਵਿਆਂਗ ਵਿੱਚ ਵੀ ਅਪਲਾਈ ਕੀਤਾ ਹੈ ਤਾਂ ਬੋਰਡ ਤੁਹਾਡਾ ਇੱਕ ਹੀ ਰੋਲ ਨੰਬਰ ਜਾਰੀ ਕਰੇਗਾ। ਇਹ ਕਹਿਣਾ ਚਾਹੁੰਦਾ ਸਰਕੂਲਰ, ਉਮੀਦਵਾਰ ਇਸ ਰੋਲ ਨੰਬਰ ਦੇ ਵਿਰੁੱਧ ਪੇਪਰ ਦੇਵੇਗਾ ਅਤੇ ਇਸ ਵਿੱਚ ਜੋ ਨਤੀਜਾ ਆਏਗਾ ਉਸ ਆਧਾਰ 'ਤੇ ਹੀ ਉਹਨਾਂ ਦੀ ਅੰਗਰੇਜ਼ੀ 380 ਬੈਕਲੋਗ, ਅੰਗਰੇਜ਼ੀ ਵਿਸ਼ੇ ਦੀ 899 ਨਵੀਆਂ ਅਸਾਮੀਆਂ ਅਤੇ 135 ਦਿਵਿਆਂਗ ਕੈਟਾਗਰੀ ਦੀ ਭਰਤੀ ਬੈਕਲੋਗ ਦੀ ਮੈਰਿਟ ਵਿੱਚ ਤਿਆਰ ਕੀਤੀ ਜਾਏਗੀ। ਇਸ ਪ੍ਰਕਿਰਿਆ ਦੇ ਤਹਿਤ ਬਾਕੀ ਵਿਸ਼ੇ 'ਤੇ ਵੀ ਕਾਰਵਾਈ ਕੀਤੀ ਜਾਏਗੀ। ਠੀਕ ਹੈ, ਅਤੇ 135 ਦੇ ਵਿੱਚ ਅਗਰ ਸਾਇੰਸ ਦੇ ਵੀ ਦਿਵਿਆਂਗ ਕੈਟਾਗਰੀ ਦੇ ਹਨ ਜਾਂ ਹੋਰ ਕੈਟਾਗਰੀ ਦੇ ਵੀ ਜਾਂ ਫਿਰ ਮੈਥ ਦੇ ਵੀ, ਤਾਂ ਉਹਨਾਂ ਨੂੰ ਵੀ ਇੱਕ ਹੀ ਰੋਲ ਨੰਬਰ ਜਾਰੀ ਕੀਤਾ ਜਾਏਗਾ। ਚਾਹੇ ਤੁਸੀਂ ਅਲੱਗ ਅਲੱਗ, ਚਾਹੇ ਉਹ ਬੈਕਲੋਗ ਦੇ ਵਿੱਚ ਅਪਲਾਈ ਕੀਤਾ ਹੈ, ਬਹੁਤਿਆਂ ਵਿਦਿਆਰਥੀਆਂ ਨੇ ਫਰੈਸ਼ ਵੈਕੈਂਸੀ ਅੰਗਰੇਜ਼ੀ ਦੇ ਵਿੱਚ ਵੀ ਅਪਲਾਈ ਕਰ ਦਿੱਤਾ ਹੈ ਅਤੇ ਕਈਆਂ ਨੇ ਤਿੰਨਾਂ ਦੇ ਵਿੱਚ ਅਪਲਾਈ ਕਰ ਦਿੱਤਾ, ਤਿੰਨ ਜੋ ਅੰਗਰੇਜ਼ੀ ਦੀਆਂ ਆਈਆਂ ਸੀ, ਦਿਵਿਆਂਗਾਂ ਦੀਆਂ ਅਤੇ ਅੰਗਰੇਜ਼ੀ ਅਤੇ, ਠੀਕ ਹੈ, ਸਮਝ ਸਕਦੇ ਤੁਸੀਂ, ਅੰਗਰੇਜ਼ੀ ਦੀ ਫਰੈਸ਼ ਵੈਕੈਂਸੀ, ਬੈਕਲੋਗ ਅਤੇ ਦਿਵਿਆਂਗ। ਹੁਣ ਜਿਹੜੇ ਦਿਵਿਆਂਗ ਉਹਨਾਂ ਨੂੰ ਤਾਂ ਉਹਦੇ ਵਿੱਚ ਮਿਲੂਗੀ, ਲੇਕਿਨ ਬਾਕੀ ਦੇਖਦੇ ਹਾਂ। ਅਤੇ ਇਹ ਥੋੜ੍ਹੀ ਜਿਹੀ ਕਨਫਿਊਜ਼ਨ ਬੋਰਡ ਨੇ ਕਲੀਅਰ ਕੀਤੀ ਹੈ। ਹੋਰ ਕੋਈ ਅਪਡੇਟ ਆਊਗੀ ਤਾਂ ਜ਼ਰੂਰ ਤੁਹਾਡੇ ਸਾਂਝੀ ਕਰਾਂਗੇ। ਧੰਨਵਾਦ।